ਨਿਕਾਰਾਗੂਆ ਡੰਕੀ ਰੂਟ ਮਾਮਲੇ ਦੇ ਵਿੱਚ ਵੱਡਾ ਐਕਸ਼ਨ ਅੰਮ੍ਰਿਤਸਰ ਦੀ ਪੁਲਿਸ ਵੱਲੋਂ ਕਰ ਦਿੱਤਾ ਗਿਆ। ਪੰਜਾਬ ਦੇ ਵਿੱਚ ਐਕਸ਼ਨ ਹੋਇਆ ਔਰ ਇਸ ਮਾਮਲੇ ਦੇ ਵਿੱਚ ਤਰਸੇਮ ਸਿੰਘ ਨਾਮ ਦਾ ਇੱਕ ਏਜੰਟ ਜਿਹੜਾ ਹੈਗਾ ਉਹ ਫਰਾਰ ਹੈ। ਉਸ ਦੇ ਖਿਲਾਫ ਦੋ ਕੇਸ ਦਰਜ ਕਰ ਦਿੱਤੇ ਗਏ ਨੇ, 420, 120 ਅਤੇ ਟਰੈਵਲਸ ਪ੍ਰੋਫੈਸ਼ਨਲ ਐਕਟ ਦੀ ਧਾਰਾ 13 ਦੇ ਅਧੀਨ ਕਾਰਵਾਈ ਕਰ ਦਿੱਤੀ ਗਈ ਹੈ। ਏਜੰਟ ਤਾਂ ਜ਼ਰੂਰ ਫਰਾਰ ਹੈ, ਪਰ ਦੂਜੇ ਪਾਸੇ ਅੰਮ੍ਰਿਤਸਰ ਦਿਹਾਤੀ ਦੀ ਪੁਲਿਸ ਨੇ 12 ਪੀੜਤਾਂ ਨੂੰ ਸੱਦਿਆ ਸੀ। ਉਹ ਲੋਕ ਜਿਹੜੇ ਇਸ ਉਡਾਨ ਦੇ ਵਿੱਚ ਸ਼ਾਮਿਲ ਸਨ, ਜਿਹੜੇ ਕਿ 200 ਪੰਜਾਬੀਆਂ ਦੇ ਵਿੱਚ ਸ਼ੁਮਾਰ ਸਨ ਜਿਹੜੇ ਇਸ ਉਡਾਨ ਦੇ ਵਿੱਚ ਸ਼ਾਮਿਲ ਸਨ ਅਤੇ ਜਿਹਨਾਂ ਨੂੰ ਫਰਾਂਸ ਵਿੱਚ ਜਾ ਕੇ ਰੋਕ ਲਿਆ ਜਾਂਦਾ ਹੈ, ਉਹਨਾਂ ਨੂੰ ਅੰਮ੍ਰਿਤਸਰ ਦਿਹਾਤੀ ਪੁਲਿਸ ਜਿਹੜੀ ਹੈ ਉਹ ਉਹਨਾਂ ਦੇ ਵਿੱਚੋਂ 12 ਨੂੰ ਸੱਦ ਲੈਂਦੀ ਹੈ ਅਤੇ 12 ਦੇ ਵਿੱਚੋਂ 2 ਜਿਹੜੇ ਲੋਕ ਇਹੋ ਜਿਹੇ ਨੇ ਜਿਨ੍ਹਾਂ ਨੇ ਆਪਣੇ ਬਿਆਨ ਵਚਨਬੱਧ ਕਰਵਾਏ ਨੇ, ਜਦਕਿ ਬਾਕੀਆਂ ਨੇ 10 ਦੇ 10 ਨੇ ਬਿਆਨ ਦੇਣ ਤੋਂ ਹੀ ਇਨਕਾਰ ਕਰ ਦਿੱਤਾ, ਬਿਆਨ ਦਰਜ ਹੀ ਨਹੀਂ ਕਰਵਾਏ ਉਹਨਾਂ ਨੇ। ਔਰ ਉਸ ਤੋਂ ਬਾਅਦ ਵੱਡੇ ਖੁਲਾਸੇ ਜ਼ਰੂਰ ਕਿਤੇ ਨਾ ਕਿਤੇ ਹੁੰਦੇ ਨਜ਼ਰ ਆ ਰਹੇ ਨੇ। ਜਿਹੜੇ 2 ਬਿਆਨ ਸਾਹਮਣੇ ਆਏ ਨੇ ਉਹਨਾਂ ਨੇ ਵੱਡੇ ਖੁਲਾਸੇ ਕੀਤੇ ਨੇ। ਤੁਹਾਨੂੰ ਦੱਸ ਦਈਏ ਕਿ ਦਰਅਸਲ ਇੱਕ ਜਹਾਜ਼ ਜਿਹੜਾ ਕਿ UAE ਤੋਂ ਉਡਾਨ ਭਰਦਾ ਆ ਅਤੇ ਫਰਾਂਸ ਦੇ ਵਿੱਚ ਜਾ ਕੇ ਰੁਕਦਾ ਆ ਤੇਲ ਭਰਵਾਉਣ ਵਾਸਤੇ ਟੈਕਨੀਕਲ ਇਸ਼ੂਜ਼ ਕਰਕੇ, ਔਰ ਉਸ ਤੋਂ ਬਾਅਦ ਉਸ ਨੂੰ ਉਸ ਪੂਰੇ ਜਹਾਜ਼ ਨੂੰ ਹਿਰਾਸਤ ਵਿੱਚ ਲੈ ਲਿਆ ਜਾਂਦਾ। ਹਾਲਾਂਕਿ 4 ਦਿਨ ਬਾਅਦ ਜਹਾਜ਼ ਤਾਂ ਵਾਪਸ ਤੋਰ ਦਿੱਤਾ ਜਾਂਦਾ ਭਾਰਤ ਵੱਲ ਨੂੰ, ਪਰ ਉਸ ਵੇਲੇ ਵੀ ਕਈ ਲੋਕ ਇਹੋ ਜਿਹੇ ਨੇ ਜਿਹੜੇ ਉੱਥੇ ਰੋਕ ਲਏ ਜਾਂਦੇ ਨੇ। ਟਰੈਵਲ ਏਜੰਟਾਂ ਦੇ ਉੱਤੇ ਵੱਡੇ ਸਵਾਲ ਖੜ੍ਹੇ ਹੋ ਰਹੇ ਸੀ ਕਿਉਂਕਿ ਇਹ ਸਿੱਧਾ ਇਲਜ਼ਾਮ ਸੀ ਕਿ ਨਿਕਾਰਾਗੂਆ ਜ਼ਰੀਏ ਅਮਰੀਕਾ ਭੇਜਣ ਦੀ ਸਾਜ਼ਿਸ਼ ਕੀਤੀ ਜਾ ਰਹੀ ਹੈ। ਇੱਕ ਟਰੈਵਲ ਰੂਟ ਬਣਾਇਆ ਗਿਆ, ਡੰਕੀ ਲਾ ਕੇ ਲੋਕ ਅਮਰੀਕਾ ਭੇਜੇ ਜਾ ਰਹੇ ਨੇ ਅਤੇ ਲੋਕਾਂ ਦੇ ਕੋਲੋਂ ਮੋਟਾ ਪੈਸਾ ਲੈਣ ਦੇ ਇਲਜ਼ਾਮ ਵੀ ਲਗਾਏ ਗਏ ਸੀ। ਅਤੇ ਉਸੇ ਦੇ ਚੱਲਦੇ ਜਦੋਂ ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ 12 ਲੋਕਾਂ ਨੂੰ ਤਲਬ ਕੀਤਾ ਜਾਂਦਾ, ਪੀੜਤਾਂ ਨੂੰ ਤਲਬ ਕੀਤਾ ਜਾਂਦਾ ਅਤੇ ਉਹਨਾਂ ਦੇ ਵਿੱਚੋਂ ਵੀ ਜਿਹੜੇ 2 ਲੋਕ ਇਸ ਮਾਮਲੇ ਸੰਬੰਧੀ ਜਾਣਕਾਰੀ ਸਾਂਝੀ ਕਰਦੇ ਨੇ, ਬਿਆਨ ਦਰਜ ਕਰਵਾਉਂਦੇ ਨੇ, ਉਹਨਾਂ ਦੇ ਮੁਤਾਬਕ ਹੈਰਾਨ ਕਰ ਦੇਣ ਵਾਲੇ ਤੱਥ ਸਾਹਮਣੇ ਆਏ ਨੇ। ਦਰਅਸਲ ਉਹਨਾਂ ਦੇ ਵਿੱਚੋਂ ਇੱਕ ਵਿਅਕਤੀ ਦਾ ਇਹ ਕਹਿਣਾ ਆ ਕਿ ਉਸਨੇ UAE ਦੀ ਟਿਕਟ ਕਰਵਾਈ ਸੀ, ਯਾਨੀ ਕਿ ਉਹਨੇ ਦੁਬਈ ਜਾਣਾ ਸੀ, ਦੁਬਈ ਜਾ ਕੇ ਉੱਥੇ ਜਦੋਂ ਉਹ ਪਹੁੰਚਿਆ ਤੇ ਉਸ ਨੂੰ ਲਾਲਚ ਦਿੱਤਾ ਗਿਆ ਕਿ $5,000 ਦੇਵੇ ਤੇ ਉਸ ਤੋਂ ਬਾਅਦ ਉਸਨੂੰ ਅਮਰੀਕਾ ਭੇਜ ਦਿੱਤਾ ਜਾਵੇਗਾ। ਔਰ ਨਾਲ ਦੀ ਨਾਲ ਇੱਥੇ ਇਹ ਵੀ ਦੱਸ ਦਈਏ ਕਿ ਉਦੋਂ ਵੀ ਉਸਨੂੰ ਇਹ ਦੱਸਿਆ ਗਿਆ ਸੀ ਕਿ ਸਾਰੀ ਯਾਤਰਾ ਜਿਹੜੀ ਹੈ ਇਹ ਡੰਕੀ ਪ੍ਰੋਸੈਸ ਦੇ ਜ਼ਰੀਏ ਹੋਵੇਗੀ, ਯਾਨੀ ਕਿ ਨਿਕਾਰਾਗੂਆ ਤੋਂ ਅਮਰੀਕਾ ਦੇ ਵਿੱਚ ਦਾਖਲ ਕਰਵਾਇਆ ਜਾਵੇਗਾ ਅਤੇ ਉਸ ਵਾਸਤੇ ਉਸਦੇ ਕੋਲੋਂ $5,000 ਮੰਗੇ ਗਏ ਸਨ। ਜਦਕਿ ਦੂਜੇ ਪਾਸੇ ਇੱਕ ਹੋਰ ਵਿਅਕਤੀ ਜਿਹਨੇ ਆਪਣੇ ਬਿਆਨ ਕਲਮਬੱਧ ਕਰਵਾਏ ਨੇ, ਉਸਦਾ ਸਾਫ ਇਲਜ਼ਾਮ ਹੈਗਾ ਆ ਕਿ ਉਸਦੇ ਕੋਲੋਂ $42,00,000 ਲਿਆ ਗਿਆ ਇਸ ਬਿਹਾਫ ਦੇ ਉੱਤੇ ਕਿ ਉਸਨੂੰ ਅਮਰੀਕਾ ਭੇਜਿਆ ਜਾਵੇਗਾ। ਪਰ ਹਾਲਾਂਕਿ ਉਸਨੂੰ ਵੀ ਇਹ ਜ਼ਰੂਰ ਕਿਹਾ ਗਿਆ ਸੀ ਕਿ ਡੋਂਕੀ ਪ੍ਰੋਸੈਸ ਦੇ ਜ਼ਰੀਏ ਉਸ ਨੂੰ ਅਮਰੀਕਾ ਦਾਖਲ ਕਰਵਾਇਆ ਜਾਵੇਗਾ, ਨਿਕਾਰਾਗੂਆ ਜ਼ਰੀਏ ਅਮਰੀਕਾ ਦਾਖਲ ਕਰਵਾਇਆ ਜਾਵੇਗਾ। ਪਰ ਇੱਥੇ ਵੱਡੇ ਸਵਾਲ ਇਹਨਾਂ ਲੋਕਾਂ 'ਤੇ ਵੀ ਬਣਦੇ ਨੇ ਜਿਹੜੇ ਡੰਕੀ ਪ੍ਰੋਸੈਸ ਨੂੰ ਅਪਰੂਵ ਕਰਦੇ ਨੇ, ਜਿਹੜੀ ਇੱਕ ਇਲੀਗਲ ਪ੍ਰੋਸੈਸ ਹੈਗੀ ਹੈ, ਜਿਹੜੀ ਗੈਰ ਕਾਨੂੰਨੀ ਤਰੀਕੇ ਦੇ ਨਾਲ ਵਿਦੇਸ਼ ਭੇਜਣ ਦੀ, ਅਮਰੀਕਾ ਭੇਜਣ ਦੀ ਤਕਨੀਕ ਇਹਨਾਂ ਏਜੰਟਾਂ ਨੇ ਅਖਤਿਆਰ ਕੀਤੀ ਹੋਈ ਹੈ, ਉਸ ਨੂੰ ਇਹ ਲੋਕ ਮੰਨ ਲੈਂਦੇ ਨੇ ਅਤੇ ਇਲੀਗਲ ਤਰੀਕੇ ਦੇ ਨਾਲ ਵਿਦੇਸ਼ ਜਾਣ ਲਈ ਆਪ ਤਿਆਰ ਹੁੰਦੇ ਨੇ। ਖੈਰ, 2 ਲੋਕਾਂ ਨੇ ਆਪਣੇ ਬਿਆਨ ਜਿਹੜੇ ਨੇ ਉਹ ਕਲਮਬੱਧ ਕਰਵਾਏ ਨੇ ਔਰ ਨਾਲ ਦੀ ਨਾਲ ਜਿਹੜੇ 10 ਲੋਕ ਨੇ ਉਹਨਾਂ ਨੇ ਬਿਆਨ ਨਹੀਂ ਦਿੱਤੇ, ਉਹ ਮੁੱਕਰ ਗਏ ਬਿਆਨ ਦੇਣ ਤੋਂ। ਜਦਕਿ ਦੂਜੇ ਪਾਸੇ ਜਿਹੜਾ ਤਰਸੇਮ ਸਿੰਘ ਨਾਂ ਦਾ ਇੱਕ ਏਜੰਟ ਹੈਗਾ ਉਹ ਫਰਾਰ ਹੈ, ਜਿਸ ਦੇ ਖਿਲਾਫ ਇਲਜ਼ਾਮ ਲੱਗੇ ਹੋਏ ਨੇ। ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਇਹ ਮਾਮਲਾ ਦਰਜ ਕੀਤਾ ਹੈ, 2 ਕੇਸ ਉਸ ਦੇ ਖਿਲਾਫ ਦਰਜ ਹੋਏ ਨੇ, ਪਰ ਹੁਣ ਉਸ ਨੂੰ ਲੱਭਣ ਦੀ ਕੋਸ਼ਿਸ਼ ਜਿਹੜੀ ਆ ਉਹ ਕੀਤੀ ਜਾ ਰਹੀ ਹੈ। ਜਦਕਿ ਬਾਕੀ ਜਿਹੜੇ ਲੋਕ ਨੇ ਉਹਨਾਂ ਨੂੰ ਇਹ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਵੀ ਆਪਣੇ ਬਿਆਨ ਜਿਹੜੇ ਨੇ ਉਹ ਕਲਮਬੱਧ ਕਰਵਾਉਣ ਤਾਂ ਕਿ ਸਖ਼ਤ ਕਾਰਵਾਈ ਏਜੰਟ ਦੇ ਖਿਲਾਫ ਕੀਤੀ ਜਾ ਸਕੇ। ਲੋਕ ਜਿਹੜੇ ਨੇ ਉਹਨਾਂ ਦੀ ਗਿਣਤੀ 200 ਦੇ ਕਰੀਬ ਦੱਸੀ ਜਾ ਰਹੀ ਹੈ, ਜਿਹੜੇ ਕਿ
ਇਸ ਜਹਾਜ਼ ਦੇ ਵਿੱਚ ਮੌਜੂਦ ਸਨ ਅਤੇ ਉਹ ਪੰਜਾਬ ਦੇ ਨਾਲ ਤਾਲੁਕ ਰੱਖਦੇ ਸਨ, ਉਹ ਪੰਜਾਬੀ ਸਨ, ਜਦਕਿ ਬਾਕੀ ਲੋਕ ਜਿਹੜੇ ਨੇ ਉਹ ਹੋਰ ਹਿੱਸਿਆਂ ਦੇ ਦੱਸੇ ਜਾ ਰਹੇ ਨੇ। ਖੈਰ ਇਹਨਾਂ ਪੂਰੇ ਮਾਮਲਿਆਂ ਨੂੰ ਲੈ ਕੇ ਵੱਖ ਵੱਖ ਥਾਵਾਂ ਦੇ ਉੱਤੇ ਕਾਰਵਾਈ ਉਲੀਕੀ ਗਈ ਹੈ, ਭਾਵੇਂ ਉਹ ਗੁਜਰਾਤ ਹੋਵੇ, ਭਾਵੇਂ ਉਹ ਦੇਸ਼ ਦੇ ਵੱਖ ਵੱਖ ਹਿੱਸੇ ਹੋਣ, ਔਰ ਹੁਣ ਪੰਜਾਬ ਦੇ ਵਿੱਚ ਵੀ ਆਖਿਰਕਾਰ ਕਾਰਵਾਈ ਕਰ ਦਿੱਤੀ ਗਈ ਹੈ, ਔਰ ਏਜੰਟ ਦੀ ਭਾਲ ਜਿਹੜੀ ਆ ਉਹ ਕੀਤੀ ਜਾ ਰਹੀ ਹੈ। ਆਉਣ ਵਾਲੇ ਸਮੇਂ ਦੇ ਵਿੱਚ ਇਹ ਏਜੰਟ ਕਦੋਂ ਗ੍ਰਿਫਤਾਰ ਕੀਤਾ ਜਾਵੇਗਾ ਔਰ ਕੀ ਬਾਕੀ ਲੋਕ ਵੀ ਆਪਣੇ ਬਿਆਨ ਕਲਮਬੱਧ ਕਰਾਉਣਗੇ, ਇਹ ਆਉਣ ਵਾਲਾ ਸਮਾਂ ਦੱਸੇਗਾ। ਪਰ ਫਿਲਹਾਲ ਇਸ ਮਾਮਲੇ ਉੱਤੇ ਵੱਡਾ ਐਕਸ਼ਨ ਕਰ ਦਿੱਤਾ ਗਿਆ। Subscribe to One India channel and never miss an update.